प्रधानमंत्री नरेंद्र मोदी दे वल्लों सद्दी गई नीति आयोग की बैठक दे विच पंजाब दे मुख मंत्री दी गैरहाजरी ते अकाली दल सवाल चुक रहा है। अकाली दल दा इल्जाम है कि किसानी मुद्दे ते सरकार संजीदा नहीं है। उधर कांग्रेस ने अकाली दल ते पलटवार किया है। सूबियां दे विकास नूं किवें रफ्तार दित्ती जावे अते किवें केंद्र सरकार सूबियां दी मदद करेगी, इस नूं लैके प्रधानमंत्री वल्लों नीति आयोग दी बैठक विच सूबे दे मुख मंत्रियां नूं सद्या गया सी, पर पंजाब दे मुख मंत्री कैप्टन अमरिंदर सिंह इस मीटिंग विच नहीं पहुंच सके। मुख मंत्री दी गैर हाजिरी नूं लैके अकाली दल ने सवाल चुके ने। उन्हां दा कहना है कि प्रधानमंत्री दे सामने मुख मंत्री पंजाब दे किसानां दे मसले नूं जोर शोर नाल चुक सकदे सन, पर उन्हां ने इह मौका गवा दित्ता है। ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਉਹਨਾਂ ਦੀ ਗੈਰ ਸੰਜੀਦਗੀ ਦਿਖਾਉਂਦਾ, ਗੈਰ ਜ਼ਿੰਮੇਵਾਰਾਨਾ ਰਵੱਈਆ ਦਿਖਾਉਂਦਾ। ਜਿੱਥੇ ਫੰਡਸ ਦੀ ਐਲੋਕੇਸ਼ਨ ਹੋਣੀ ਹੋਵੇ, ਇੱਕ ਪਾਸੇ ਤਾਂ 1,06,000 ਕਰੋੜ ਰੁਪਈਆ ਕਿਸਾਨਾਂ ਦੇ ਕਰਜ਼ੇ ਦਾ ਮਾਫ਼ ਹੋਣ ਲਈ ਮੰਗਣਾ, ਇੱਕ ਅਰਜ਼ੀ ਸੁੱਟ ਕੇ ਥੋੜ੍ਹਾ ਕਰਜ਼ਾ ਮਾਫ਼ ਹੋ ਜਾਏਗਾ, ਪੈਸਾ ਮਿਲ ਜਾਏਗਾ। ਇਹ ਮਤਲਬ ਜੇ ਜੱਜ ਦੇ ਅੱਗੇ ਵਕੀਲ ਬਹਿਸ ਹੀ ਨਹੀਂ ਕਰੇਗਾ, ਦਲੀਲ ਹੀ ਨਹੀਂ ਦੇਵੇਗਾ, ਤਾਂ ਜੱਜ ਹੱਕ 'ਚ ਫੈਸਲਾ ਕਿਵੇਂ ਕਰੇਗਾ? ਮਾਰਾਂ ਦੀ ਕਮੇਟੀ ਬਣਾ ਕੇ ਜੇ ਇਸ ਤਰ੍ਹਾਂ ਦੀ ਕਰਨੀ ਸੀ, ਫਿਰ ਕਿਸਾਨਾਂ ਤੋਂ ਕਰਜ਼ੇ ਦੇ ਫਾਰਮ ਕਿਉਂ ਭਰਾਏ ਸੀ? ਵੋਟਾਂ ਲੈਣ ਤੋਂ ਪਹਿਲਾਂ ਤਾਂ ਕਿਹਾ ਸੀ ਵੀ ਤੁਸੀਂ ਰੁਪਈਆ ਨਾ ਮੋੜਿਓ, ਜਿਸ ਦਿਨ ਅਸੀਂ ਸਰਕਾਰ 'ਚ ਆ ਗਏ ਅਸੀਂ ਭਰਾਂਗੇ ਪੈਸੇ, ਤੇ ਹੁਣ ਭਰਨ ਪੈਸੇ। ਤੇ ਦੂਜੀ ਗੱਲ ਹੋਰ ਕਹੀ ਸੀ ਵੀ ਨੌਕਰੀਆਂ ਹਰ ਘਰ ਨੂੰ ਦੇਣੀਆਂ, ਤੇ ਜੇ ਨੌਕਰੀ ਦੇਵਾਂਗੇ ਤਾਂ 2,500 ਰੁਪਈਆ ਤੁਹਾਡੇ ਘਰੇ ਆਊਗਾ ਇੱਕ ਮਹੀਨੇ ਦੇ ਵਿੱਚ, 25 ਰੁਪਈਏ ਵੀ ਨਹੀਂ ਆਏ, 2,500 ਤੱਕ ਹੀ ਆਉਣਾ। ਉਧਰ ਕਾਂਗਰਸ ਨੇ ਅਕਾਲੀ ਦਲ ਦੇ ਇਸ ਸਵਾਲ ਦਾ ਜਵਾਬ ਸਖ਼ਤ ਲਹਿਜ਼ੇ ਵਿੱਚ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਮੁੱਦੇ ਤੇ ਉਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਦ੍ਰਿੜ ਹੈ ਅਤੇ ਹਰ ਮੁਸ਼ਕਿਲ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ। ਬਿਲਕੁਲ, ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ, ਕਾਂਗਰਸ ਸਰਕਾਰ ਦੋਨੇ ਖੜੇ ਹੈ। ਕਿਸਾਨ ਦਾ ਹਰ ਨੁਕਸਾਨ ਦਾ ਮੌਜਾ ਸਰਕਾਰ ਭਰੇਗੀ, ਇਹ ਸਰਕਾਰ ਦੀ ਵਚਨਬੱਧਤਾ ਹੈ। ਨੀਤੀ ਆਯੋਗ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਨੂੰ ਲੈ ਕੇ ਅਕਾਲੀ ਦਲ ਨੇ ਇੱਕ ਵਾਰ ਮੁੜ ਤੋਂ ਕਾਂਗਰਸ ਵੱਲੋਂ ਕਿਸਾਨਾਂ ਦੇ ਕਰਜ਼ ਮਾਫ਼ੀ ਦੇ ਮੁੱਦੇ ਤੇ ਨਿਸ਼ਾਨਾ ਲਾਇਆ ਹੈ। ਹਾਲਾਂਕਿ ਕਾਂਗਰਸ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੇ ਮੁੱਦੇ ਤੇ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। ਦਿੱਲੀ ਤੋਂ ਨਵਜੋਤ ਧਾਲੀਵਾਲ ਦੇ ਨਾਲ ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ।